ਓਹਦਾ ਯੂਨੀਅਨ ਰਹਿੰਦਾ ਮੈਂ ਚਲਾਉਣਾ ਮੈਂ ਸਰ ਓਹੀ ਚਲਾਉਂਦੇ ਆ ਓਹਨੇ ਚਲਾਇਆ ਆਉਂਦੇ ਆ ਓਹਨੇ ਖਾਂਦੇ ਆ ਓਹਨੂੰ ਕੋਈ ਡਰਾਈਵਰ ਜਦੋਂ ਨਵਾਂ ਟਰੈਕਟਰ ਲਿਆਣਾ ਭਾਈ ਖੋਲਾ ਲੈ ਕੋਈ ਹਨਾ ਤੁਹਾਡੇ ਕੋਲ ਨਹੀਂ ਖੁੰਦਾ ਪੰਜਾਂ ਜਣਿਆਂ ਕੋਈ ਤੁਸੀਂ ਹੋਰ ਲਾ ਕੇ ਤਾਂ ਖੋਲੋ ਫੋਰਸ ਗੁਰਦਾਸਪੁਰ ਏਐਸਆਈ ਸੁਰਿੰਦਰ ਸਿੰਘ ਵਾਇਰਲੈਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ 'ਤੇ ਨਾ ਕੋਈ ਇੰਸੀਡੈਂਸ ਹੋ ਗਿਆ ਕੋਈ ਹਾਦਸਾ ਹੋ ਗਿਆ ਅਸੀਂ ਆਏ ਹਾਂ ਅਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਹੈ ਉਹ ਬੰਦੇ ਦੇ ਜਿਹਦੇ ਸੱਟ ਲੱਗੀ ਆ ਉਹ ਤਾਂ ਲੈ ਗਏ ਐਂਬੂਲੈਂਸ ਵਾਲੇ ਅਤੇ ਇੱਥੇ ਟਰੈਕਟਰ ਖੜ੍ਹਾ ਹੋਇਆ ਉਹਦੇ 'ਤੇ ਉਹ ਸਟੰਟ ਕਰ ਰਹੇ ਹੁਣ ਇਹ ਤਿੰਨ ਚਾਰ ਜਣੇ ਆ ਉਹਦੇ ਉਹ ਹੀ ਕਹਿਣਗੇ ਵੀ ਸਾਡਾ ਵਾ ਬੰਦਾ ਆਪਣਾ ਹੀ ਹੈ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅੱਗੇ ਜੇ ਤਾਂ ਕੋਈ ਕਾਰਵਾਈ ਕਰਾਉਣੀ ਚਾਹੁੰਗੇ ਤਾਂ ਕਰ ਦੇਣਗੇ ਉਹ ਨਹੀਂ ਤੇ ਹਾਂਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੰਨਾ ਖੜਨੀਆਂ ਤੇ ਉਹਦੀ ਸੇਫਟੀ ਵਾਸਤੇ ਰੱਖੀ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਹੈ ਤੇ ਇਹਨੂੰ ਨਾਲ ਇਹ ਥੋੜਾ ਵੀ ਜਮਾ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਇਹ ਹੁਣ ਸਿਟੀ ਵਾਲਿਆਂ ਆਈਓ ਆਉਂਦਾ ਤੇ ਵੇਖ ਲੈਂਦਾ ਵੀ ਜੇ ਤਾਂ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾਖਲਾ ਬੰਦਾ ਕਿਹਦੇ ਸੱਟ ਲੱਗੀ ਹੈ ਉਹਦੇ ਅਕਾਰਡਿੰਗ ਦੇਖਣਗੇ ਵੀ ਜੇ ਤਾਂ ਕਿਸੇ ਨੇ ਕਰਾਉਣੀ ਹੈ ਨਹੀਂ ਤਾਂ ਫਿਰ ਉਹਨਾਂ ਰਾਜੀਨਾਮਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਦਾ